ਨੂਰ ਹੈਪੀ ਬਰਥਡੇ ਪੁੱਤ ਦੁਬਾਰੇ ਤੈਨੂੰ ਦੇਖੋ ਆ ਵੇ ਛੁਰੀ ਕਿੰਨੀ ਤਿੱਖੀ ਹੈ ਮਾਰਕੀਟ 'ਚ ਲਗਭਗ 5 ਤੋਂ 6000 ਔਰਤਾਂ ਕੰਮ ਕਰਦੀਆਂ ਨੇ ਵੈਲਕਮ ਬੈਕ ਟੂ ਇਨਰ ਬਲੌਗ ਗਾਇਸ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਔਰਤਾਂ ਦੀ ਮੰਡੀ ਔਰਤਾਂ ਦਾ ਬਾਜ਼ਾਰ ਕਦੇ ਦੇਖਿਆ ਤੁਸੀਂ ਨੇ ਚੱਲਦੇ ਹਾਂ ਪਾਲ ਸ਼ਹਿਰ ਇਹ ਮੋਦੀ ਦੀਆਂ ਸਮਾਰਟ ਸਿਟੀਆਂ 'ਚੋਂ ਇੱਕ ਹੈ ਤੇ ਪੂਰੇ ਮਾਰਕੀਟ ਦਾ ਮੈਪ ਲੱਗਾ ਹੈ ਇਹ ਮਾਰਕੀਟ ਤਿੰਨ ਹਿੱਸਿਆਂ 'ਚ ਵੰਡੀ ਗਈ ਹੈ ਆਪਾਂ ਪਹੁੰਚ ਗਏ ਥੰਗਲ ਰੋਡ ਤੇ ਗੁਰੂ ਘਰ ਤੋਂ 400 ਮੀਟਰ ਦੂਰੀ ਤੇ ਹੈ ਤੇ ਇਹ ਮੇਰੇ ਪਿੱਛੇ ਜਿਹੜੀ ਮਾਰਕੀਟ ਹੈ ਇਮਾ ਕੈਥਲ ਇਮਾ ਦਾ ਮਤਲਬ ਹੁੰਦਾ ਹੈ ਮਾਂ ਮਨੀਪੁਰੀ ਭਾਸ਼ਾ 'ਚ ਕੈਥਲ ਦਾ ਮਤਲਬ ਹੁੰਦਾ ਮਾਰਕੀਟ ਬਾਜ਼ਾਰ ਤਾਂ ਇਹ ਔਰਤਾਂ ਦੀ ਸਭ ਤੋਂ ਵੱਡੀ ਮੰਡੀ ਹੈ ਤਾਂ ਐਕਸਪਲੋਰ ਕਰਦੇ ਹਾਂ ਅੰਦਰ ਜਾ ਕੇ ਦੋ ਹਿੱਸੇ ਦੇ ਆਹ ਨੇ ਇੱਕ ਆਹ ਸੀ ਤੇ ਇੱਕ ਆਹ ਰੋਡ ਤੋਂ ਪਰਲੀ ਸਾਈਡ ਹੈ ਆਪਾਂ ਪਹਿਲੀ ਮਾਰਕੀਟ 'ਚ ਆ ਗਏ ਤਾਂ ਉਰੇ ਤੁਹਾਨੂੰ ਇੱਥੋਂ ਦੇ ਕੜੇ ਛੱਲੇ ਹੈ ਨਾ ਉਰੇ ਸਾਰੀਆਂ ਔਰਤਾਂ ਹੀ ਨੇ ਵੈਂਡਰ ਇਸ ਮਾਰਕੀਟ 'ਚ ਲਗਭਗ 5 ਤੋਂ 6000 ਔਰਤਾਂ ਕੰਮ ਕਰਦੀਆਂ ਨੇ ਤੇ ਉਰੇ ਬੰਦਾ ਕੋਈ ਵੀ ਰੇੜੀ ਜਾਂ ਸਟਾਲ ਨਹੀਂ ਲਾ ਸਕਦਾ ਬੈਨ ਹੈ ਜੇ ਕੋਈ ਲਾਊਗਾ ਤਾਂ ਉਹਨੂੰ ਸਜ਼ਾ ਮਿਲੂਗੀ ਹੈ ਨਾ ਜੇਲ੍ਹ ਤੱਕ ਹੋ ਸਕਦੀ ਹੈ ਤਾਂ ਬਹੁਤ ਤਕੜੇ ਰੂਲ ਨੇ ਇਹ ਮਾਰਕੀਟ ਬਹੁਤ ਪੁਰਾਣੀ ਹੈ 16ਵੀਂ ਸਦੀ ਦੀ ਮਾਰਕੀਟ ਹੈ ਦੇਖੋ ਅਲੱਗ ਅਲੱਗ ਚੀਜ਼ਾਂ ਉਰੇ ਸਾਰੀਆਂ ਔਰਤਾਂ ਨੇ ਤੇ ਜਿੰਨੀਆਂ ਵੀ ਉਰੇ ਔਰਤਾਂ ਨੇ ਸਾਰੀਆਂ ਬਹਿਈਆਂ ਹੋਈਆਂ ਨੇ ਲਗਭਗ ਉਮਰ ਇਹਨਾਂ ਦੀ 35 ਤੋਂ 50 ਸਾਲ ਹੈ ਤੇ ਇਹਨਾਂ ਨੂੰ ਲਾਇਸੈਂਸ ਲੈਣਾ ਪੈਂਦਾ ਉਰੇ ਆਪਦੀ ਸਟਾਲ ਲਾਉਣ ਵਾਸਤੇ ਐਵੇਂ ਨਹੀਂ ਵੀ ਕਿਸੇ ਨੇ ਵੀ ਲਾ ਲਈ ਆ ਕੇ ਉਰੇ ਯਾਰ ਮਨੀਪੁਰ ਸਾਈਡ ਨਾਲ ਫਿਸ਼ ਬਹੁਤ ਖਾਂਦੇ ਆ ਲੋਕ ਤਾਂ ਉਰੇ ਤੁਹਾਨੂੰ ਆਮ ਜੀ ਮਿਲ ਜੂਗੀ ਡਰਾਈ ਫਰਾਈ ਦੇਖੋ ਇਹ ਸਾਰੀਆਂ ਮੱਛੀਆਂ ਨੇ ਸੁੱਕੀਆਂ ਫਰਾਈ ਕੀਤੀਆਂ ਹੋਈਆਂ ਹਨ ਤੇ ਸਾਰੀਆਂ ਬੀਬੀਆਂ ਬੈਠੀਆਂ ਨੇ ਆਪਣੀਆਂ ਵੇਚ ਰਹੀਆਂ ਨੇ ਉਰੇ ਤਾਂ ਬਹੁਤ ਵਧੀਆ ਮਾਰਕੀਟ ਹੈ ਜਿਹੜਾ ਪਹਿਲਾ ਹਿੱਸਾ ਹੈ ਉਰੇ ਫਰੂਟ ਮਤਲਬ ਖਾਣ ਪੀਣ ਵਾਲੀਆਂ ਚੀਜ਼ਾਂ ਮਿਲਦੀਆਂ ਨੇ ਮੱਛੀਆਂ ਦੇਖੋ ਕਿੱਡੀਆਂ ਕਿੱਡੀਆਂ ਪਈਆਂ ਨੇ ਆਹ ਦੇਖੋ ਇਹ ਪਾਣੀ 'ਚ ਪਈਆਂ ਨੇ ਹਨਾ ਆਹ ਸਾਰੇ ਮਿੱਟੀ ਦੇ ਭਾਂਡੇ ਆ ਕੁੱਜੇ ਕਾਜੇ ਦੇਖੋ ਘੈਂਟ ਪੇਂਟ ਕੀਤਾ ਹੈ ਤੇ ਇੱਕ ਮੇਨ ਗੱਲ ਚਿਲਮ ਆਪਣੇ ਪੀਂਦੇ ਹੁੰਦੇ ਆ ਨਾ ਸਾਥ ਚਿਲਮ ਵੀ ਕਿਉਂ ਹੋਏ ਲੈਣੀ ਹੈ ਆਹ ਮਿੱਟੀ ਦੇ ਭਾਂਡਿਆਂ ਤੇ ਕਲਾਕ੍ਰਿਤੀ ਦੇਖੋ ਕਿੰਨੀ ਵਧੀਆ ਕੀਤੀ ਹੋਈ ਹੈ ਨਾ ਡਿਜ਼ਾਈਨ ਪਾਇਆ ਵਿੱਚ ਕਲਰ ਜਿਹਾ ਵੀ ਕੀਤਾ ਹੈ ਔਰੇ ਬੀਬੀਆਂ ਵੇਚ ਰਹੀਆਂ ਨੇ ਕੁਛ ਲਾਈ ਖਾਣ ਨੂੰ ਚੌਲ ਹਣਾ ਆ ਦੀਦੀ ਉਰੇ ਪਕੌੜੇ ਤਰ ਰਹੀ ਹੈ ਇਹ ਅੰਡੇ ਦਾ ਪਕੌੜਾ ਦੀਦੀ ਕਿਤਨੇ ਦਾ ਹੀ ਹੈ ਉਹ 10 ਦਾ 10 ਦਾ 10 ਦਾ 4 ਦੇ ਦੋ 10 ਦਾ ਹਾਂ ਇਹ ਗੋਭੀ ਦਾ ਵੀ ਹੈ ਆ ਦੀਦੀ ਪਰੌਂਠੀ ਵੀ ਬਣਾ ਰਹੀ ਹੈ ਬੇਬੀ ਆਪਣੀ ਸੌਸ ਨਹੀਂ ਮਿਲਦੀ ਜਿਹੜੀ ਮੇਨ ਗੱਲ ਹੈ ਇਮਾ ਮਾਰਕੀਟ 'ਚ ਖੜ ਕੇ ਆਪਾਂ ਗੋਭੀ ਵਾਲੇ ਪਕੌੜਿਆਂ ਦਾ ਆਨੰਦ ਲੈ ਰਹੇ ਆ ਬੇਬੇ ਤਾਜ਼ੇ ਤਾਜ਼ੇ ਕੱਢ ਰਹੀ ਹੈ ਜੇ ਸੌਸ ਹੁੰਦੀ ਸੋਨੇ ਦੇ ਸੁਹਾਗਾ ਹੋ ਜਾਂਦਾ ਤੇ ਜੋ ਵੀ ਇਹ ਵੜ ਰਿਹਾ ਸਾਰਾ ਕੋਲਿਆਂ ਦੀ ਅੱਗ ਦੇ ਮਾਰ ਰਿਹਾ ਏਡਾ ਕੋਲੇ ਮੱਚ ਰਿਹਾ ਦੇਖੋ ਹਾਂ ਯਾਰ ਸਾਡੇ ਕੋਲ ਖੁੱਲੇ ਪੈਸੇ ਹੈ ਨਹੀਂ ਸੀ ਦੀਦੀ ਕਹਿੰਦੀ 10 ਰੁਪਈਆਂ ਦਾ ਹੋਰ ਕੁਝ ਲੈ ਲਓ ਤਾਂ ਆਪਾਂ ਨੇ ਲਿਆ ਹਲਵਾ ਇਹ ਦੇਖਦੇ ਆ ਟੇਸਟ ਕਰਕੇ ਹੁਣ ਲਾਈਕ ਓ ਗੇਮ ਗੇਮ ਕਰਤੇ ਦੇ NIS ਗਏ ਹੋ ਆਪ ਹਾਕੀ ਤਾਂ ਇਹ ਬੀਬੀ ਪਟਿਆਲੇ ਗਈ ਹੋਈ ਹੈ ਮੈਂ ਪੁੱਛਿਆ ਵਾ ਕਹਿੰਦੇ ਮੈਂ ਉਹਦੀ ਪਟਿਆਲਾ ਕਹਿ ਦਿੰਦੇ ਆ ਕਿ ਪਟਿਆਲਾ ਥੋੜਾ ਜ਼ਿਆਦਾ ਮਸ਼ਹੂਰ ਹੈ ਨਾ ਮਸ਼ਹੂਰ ਤਾਂ ਸੰਗਰੂਰ ਵੀ ਹੈ ਪਰ ਪਟਿਆਲੇ ਵਾਲਾ ਪੈਗ ਪੁੱਗ ਜੇ ਓਕੇ ਆਪ ਹਾਕੀ ਖੇਲ ਕੇ ਆਏ ਵਾਂ ਪਰ ਤੇ ਗਰਮਾ ਗਰਮ ਪਕੌੜੇ ਹੋਰ ਖਾਣ ਨੂੰ ਦਿਲ ਕਰਿਆ ਯਾਰ ਤਾਂ ਦੀਦੀ ਦੀ ਬੋਲਚਾਲ ਘੈਂਟ ਲੱਗੀ ਦੇਖੋ ਤਾਂ ਪਕੌੜਿਆਂ ਨਾਲ ਚਾਹ ਦਾ ਆਨੰਦ ਲੈ ਰਹੇ ਆ ਤੇ ਦੁਨੀਆ ਦੀ ਸਭ ਤੋਂ ਵੱਡੀ ਮਾਰਕੀਟ ਹੈ ਜਿਹੜੀ ਔਰਤਾਂ ਦੁਆਰੇ ਚਲਾਈ ਜਾਂਦੀ ਹੈ ਤੇ ਇੱਕੋ ਇੱਕ ਤੇ ਦੁਨੀਆ 'ਚ ਹੈ ਵੀ ਇਹ ਇੱਕੋ ਇੱਕ ਮਾਰਕੀਟ ਹੈ ਜਿਹੜੀ ਕਿ ਆਪਣੇ ਇੰਡੀਆ 'ਚ ਹੈ ਮਨੀਪੁਰ 'ਚ ਤਾਂ ਦੀਦੀ ਕਹਿੰਦੀ ਤੁਸੀਂ ਸੰਗਦੇ ਗਾ ਤੋਂ ਹੋਣਾ ਕਿਉਂਕਿ ਇੱਧਰ ਸੰਗਦੇ ਸੁਗਦੇ ਨਹੀਂ ਹੈਗੇ ਤੇ ਮਹਾ ਸਾਡੇ ਤਾਂ ਐਂ ਹੈ ਮਾਹੌਲ ਉਰੇ ਮੱਛੀ ਦੀ ਵੈਰਾਈਟੀ ਦੇਖੋ ਯਾਰ ਇਹ ਕਿਵੇਂ ਦੀ ਮੱਛੀ ਹੈ ਇਹ ਕਿਵੇਂ ਦੀ ਹੈ ਇਹ ਕਿਵੇਂ ਦੀ ਹੈ ਇਹ ਕਿਵੇਂ ਦੀ ਉਹ ਕਿਵੇਂ ਦੀ ਉਹ ਕਿਵੇਂ ਦੀ ਹਨਾ ਇੱਕੋ ਥਾਂ ਤੇ ਕਿੰਨੀ ਵੈਰਾਈਟੀ ਦੀ ਮੱਛੀ ਮੈਂ ਫਸਟ ਟਾਈਮ ਦੇਖ ਰਿਹਾ ਆ ਮੱਛੀ ਕੱਟ ਰਿਹਾ ਭਾਈ ਸਾਹਿਬ ਹੈ ਤਰੀਕਾ ਇਹ ਸਬਜ਼ੀਆਂ ਸੁਬਜ਼ੀਆਂ ਜੀ ਆ ਗਈਆਂ ਦੇਖੋ ਆ ਐਵੇਂ ਦੀਆਂ ਸਬਜ਼ੀਆਂ ਮੈਂ ਫਸਟ ਟਾਈਮ ਦੇਖੀਆਂ ਆ ਦੇਖੋ ਆ ਬੰਦੇ ਵੈਸੇ ਔਮਨ ਇੰਪਾਵਰਮੈਂਟ ਨੂੰ ਨਾ ਬੂਸਟ ਕਰਨ ਵਾਸਤੇ ਸਰਕਾਰ ਦਾ ਬਹੁਤ ਵਧੀਆ ਇਨੀਸ਼ੀਏਟਿਵ ਹੈ ਤੇ ਬਾਕੀ ਉਹਰਾ ਛੁਰੀਆਂ ਛਰੀਆਂ ਕੁਝ ਮਰਜ਼ੀ ਲੈ ਲਓ ਆ ਸਾਡੇ ਚਾਕੂ ਜਿਵੇਂ ਦਾ ਅਸੀਂ ਨਦੀਮਾਪੁਰ ਤੋਂ ਲਿਆ ਸੀ ਸਾਡੇ ਕੋਲ ਐਵੇਂ ਦਾ ਹੈ ਆ ਜਿਹੜੇ ਬਰਛੇ ਜੇ ਆ ਗਏ ਨਾ ਨਾਗਾਲੈਂਡ 'ਚ ਚੱਕੀ ਫਿਰਦੇ ਸੀ ਇਹ ਛੋਟੇ ਨੇ ਇਹ ਵਧੀਆ ਹੈਗੇ ਦੇਖੋ ਆ ਵੇ ਛੁਰੀ ਕਿੰਨੀ ਤਿੱਖੀ ਹੈ ਇਹ ਤਾਂ ਗਰਦਨ ਮਿੰਟ 'ਚ ਡਾ ਦੂ ਕਿਤਨੇ ਕੀ ਹੈ ਇਹ ਦੀਦੀ 300 ਮੇਰੇ ਉਰੇ ਰੱਖ ਆ ਮਨੀਪੁਰ ਦਾ ਟ੍ਰੈਡੀਸ਼ਨਲ ਆ ਗਿਆ ਜਿਹੜਾ ਬਾਂਸ ਬੰਬੂ ਤੋਂ ਬਣਦੀਆਂ ਨੇ ਆਈਟਮਾਂ ਲਾਈਕ ਮੈਟ ਟਾਈਪ ਹੈ ਇਹ ਹਨਾ ਸਾਰਾ ਜੰਗਾਡਮੈਂਟ ਹੋਈ ਹੈ ਆ ਕੇਲੇ ਆ ਗਏ ਉਰੇ ਦੇ ਕਿਤਨੇ ਕਾ ਦਾਦੀ ਇਹ ਕਿਤਨੇ ਕਾ ਹੈ 40 ਔਰ ਇਹ ਓਕੇ 40 ਰੁਪਏ ਦੀ ਦਰਜਨ ਉਰੇ ਪਰ ਛੋਟਾ ਹੈ ਹਾਫ ਮਿਲੇਗੀ ਹਾਫ ਹਾਫ ਇਹ ਵੀ ਪੰਗਾ ਹੈ ਅੱਧੀ ਦਰਜਨ ਵੀ ਨਹੀਂ ਦਿੰਦੇ ਇਹ ਕਿਤਨੇ ਕਾ ਦੀਦੀ ਐਪਲ ਇਹ 140 ਦਾ ਕਿਲੋ ਹੈ ਬਾਈ ਐਂਡ ਇਹ
200 दूर से आता है कश्मीर से, हमारे पास है पंजाब के। ਤੁਹਾਨੂੰ ਖਾਣਾ ਪੀਣਾ ਸਾਰਾ ਕੁਝ ਦਿਖਾਤਾ, ਹੁਣ ਤੁਹਾਨੂੰ ਦਿਖਾਨੇ ਆ ਤੁਹਾਡੇ ਕੱਪੜੇ ਲਾਟਰਮ ਪਾਟਰਮ। ਤਾਂ ਜਿਹੜਾ ਇੱਕ ਨੰਬਰ ਆ ਉੱਥੇ ਖਾਣਾ ਖੂਣਾ, ਤੇ ਤਿੰਨ ਚ ਕੱਪੜੇ ਕੋਪੜੇ ਜਾਣਾ ਸਾਹਮਣੇ ਤਿੰਨ ਹੈ। ਔਰ ਇਹ ਕੱਪੜੇ ਤੌਲੀਏ, ਇਹਨਾਂ ਦੀ ਟ੍ਰੈਡੀਸ਼ਨਲ ਡਰੈਸ ਹੈ ਨਾ ਸਾਰੀ, ਔਰ ਉਹ ਸਾਰਾ ਕੁਝ ਮਿਲਦਾ। ਇੱਕ ਗੱਲ ਹੋਰ ਯਾਰ, ਜਿਹੜੀਆਂ ਵੀ ਉਰੇ ਵੈਂਡਰ ਨੇ ਹਨਾ ਔਰਤਾਂ, ਉਹਨਾਂ ਦਾ ਜੋ ਬਿਹੇਵੀਅਰ ਹੈ ਨਾ ਇੰਨਾ ਵਧੀਆ, ਇੰਨੀਆਂ ਪੋਲਾਈਟ ਨੇ, ਹੱਸ ਕੇ ਗੱਲ ਕਰਦੀਆਂ ਨੇ ਹਨਾ, ਮਤਲਬ ਫਨੀ ਵੇ ਚ। ਸਾਨੂੰ ਇਹ ਗੱਲ ਬਹੁਤ ਵਧੀਆ ਲੱਗੀ, ਤਾਂ ਇਹ ਕਰਕੇ ਅਸੀਂ ਉੱਥੇ ਦੁਬਾਰੇ ਪਕੌੜੇ ਖਾ ਲਏ। ਫਿਰ ਉੱਥੇ ਲਾਈਕ ਜਿੱਥੇ ਹਨਾ ਅਸੀਂ ਫਰੂਟ ਬਾਰੇ ਪੁੱਛ ਰਹੇ ਸੀ ਵੀ ਤੁਸੀਂ ਅੱਧੀ ਦਰਜਨ ਕਿਉਂ ਨਹੀਂ ਦਿੰਦੇ, ਤਾਂ ਕਹਿਣ ਯਾਰ ਬਹੁਤ ਅੱਜ ਵਾਖਾਂ ਦੇ ਕੱਪੜੇ ਨੇ। 6 ਕਿਤਨੇ ਦਾ ਹੈ ਇਹ? 350 ਨਹੀਂ ਪੂਰਾ ਸੈੱਟ, ਸੈੱਟ 500 ਔਰ ਇਹ 350। ਤਾਂ ਇਹ ਮਨੀਪੁਰੀ ਸ਼ੋਲ ਦੁਪੱਟੇ ਜੇ ਆ ਗਏ ਫੁਲਕਾਰੀ ਟਾਈਪ, ਕਿੰਨੇ ਸੋਹਣੇ ਆ ਹਨਾ। ਉਹ ਬਾਈ ਇਹ ਔਰਤਾਂ ਦਾ ਸਮਾਨ ਹੈ, ਤਾਂ ਉਹ ਜ਼ਿਆਦਾਤਰ ਖਰੀਦਣ ਵਾਲੀਆਂ ਵੀ ਔਰਤਾਂ ਨੇ। ਉੱਧਰ ਤਾਂ ਬੰਦੇ ਹੈਗੇ ਸੀ ਪਹਿਲਾਂ ਵਾਲੀ ਮਾਰਕੀਟ 'ਚ। ਨਹਾਰੀ ਨਨ ਨਹਾਰੀ ਨਨ ਨਾਣੇ ਨੇ ਨੀ 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 ਨਾ ਹੁਣ ਅਸੀਂ 2 ਨੰਬਰ ਜਾ ਗਏ, ਇਹ ਲਾਸਟ ਹੈ। ਤੇ ਉਰੇ ਇਹਨੇ ਸਾਰੇ ਕੰਬਲ ਖੇਸ ਜੇ ਨੇ, ਇਹ ਸ਼ੋਲ ਨੇ ਯਾਰ ਮਨੀਪੁਰੀ ਹਨਾ, ਬਾਹਲੇ ਹਲਕੇ। ਕਿਤਨੇ ਕਾ ਹੈ? 200 ਅੜੀਏ, 200 ਦੇ ਨੇ ਯਾਰ, ਘੈਂਟ ਹੈ ਯਾਰ। ਇਹ ਭਾਂਡਿਆਂ ਦਾ ਸੈਕਸ਼ਨ ਹੈ ਯਾਰ, ਇਹ ਪਤਾ ਨਹੀਂ ਕੀ ਹੈ, ਇਹ ਕਿਆ ਹੈ? ਇਹ ਲਾਣੇ ਕੇ ਲਈ, ਇਹ ਟਿੱਕਾ ਲਾਉਣ ਲਈ। ਇੱਥੇ ਸਾਰੇ ਦੇਖੋ ਸਟਿਚਿੰਗ ਹੋ ਰਹੀ ਹੈ। ਇੱਥੋਂ ਤੁਸੀਂ ਨਾ ਕੱਪੜੇ ਲੈ ਕੇ ਉਰੇ ਮੈਂ ਸਟਿਚਿੰਗ ਵੀ ਕਰਵਾ ਸਕਦੇ ਹੋ। ਪਿੱਛੇ ਦੇਖੋ ਸਾਰੀ ਸਟਿਚਿੰਗ ਹੋ ਰਹੀ ਹੈ। ਇੱਧਰ ਨਾ ਜਿੰਨੇ ਵੀ ਸ਼ੋਲ ਨੇ ਸਿਰਫ ਫੈਂਸੀ ਜੇ ਨੇ, ਮਤਲਬ ਹਲਕੇ ਜੇ ਨੇ, ਠੰਡ ਰੁਕਣ ਵਾਲੇ ਨਹੀਂ ਹੈਗੇ, ਕਿਉਂਕਿ ਇੱਧਰ ਠੰਡ ਪੰਜਾਬ ਜਿੰਨੀ ਨਹੀਂ ਪੈਂਦੀ ਸ਼ਾਇਦ। ਆਹੀ ਚੱਕਰ ਹੈ, ਮੈਂ ਸਾਰੀ ਮਾਰਕੀਟ ਘੁੰਮ ਲਈ, ਆਹੀ ਚੀਜ਼ ਮੈਂ ਅਬਜ਼ਰਵ ਕੀਤੀ ਹੈ। ਇਹ ਮਾਰਕੀਟ ਐਤਵਾਰ ਨੂੰ ਬੰਦ ਰਹਿੰਦੀ ਹੈ, 9:30 ਵਜੇ ਖੁੱਲ੍ਹਦੀ ਹੈ, 4:30-5 ਵਜੇ ਤੱਕ ਹੁੰਦੀ ਹੈ ਸ਼ਾਮ ਦੇ, ਅਤੇ ਬਾਹਲਾ ਤਕੜਾ ਮਾਹੌਲ ਹੁੰਦਾ। ਤੁਸੀਂ ਘੁੰਮਣ ਜ਼ਰੂਰ ਆਈ ਹੋ, ਚਾਹੇ ਕੁਛ ਨਾ ਵੀ ਖਰੀਦੀ ਹੋ, ਜੇ ਖਰੀਦੋਗੇ ਤਾਂ ਵਧੀਆ ਗੱਲ ਹੈ ਯਾਰ, ਹੈਲਪ ਹੋ ਜੂਗੀ ਕਿਸੇ ਦੀ। ਤਾਂ ਮੈਂ ਲੈਣੇ ਸੀ ਯਾਰ ਨੂਰ ਵਾਸਤੇ ਕੱਪੜੇ, ਫਿਰ ਹੁਣ ਮੈਂ ਛੋਟੇ ਦਾ ਰਹਿ ਜਾਣਾ ਹੈ ਨਾ, ਫਿਰ ਪੰਗਾ ਪਊਗਾ, ਹੁਣ ਇੱਥੇ ਚੇਂਜ ਵੀ ਨਹੀਂ ਕਰ ਸਕਦੇ ਐਡੀ ਦੂਰ ਆ ਕੇ। ਤਾਂ ਹੋਰ ਕੁਛ ਸਾਡੇ ਲਾਇਕ ਸਾਨੂੰ ਮਿਲਿਆ ਨਹੀਂ ਉਰੇ। ਇੱਕ ਤਾਂ ਇਹ ਐਵੇਂ ਦੇ ਬਣੇ ਹੋਏ ਨੇ ਜੋ ਮੇਨ ਮਾਰਕੀਟ ਹੈ, ਇਹਦੇ ਬਾਹਰ ਵੀ ਔਰਤਾਂ ਬੈਠੀਆਂ ਨਾ ਸਮਾਨ ਵੇਚ ਰਹੀਆਂ ਹੁੰਦੀਆਂ ਨੇ। ਆਪਣੇ ਤਾਂ ਦੇਖੋ ਵੱਡੀਆਂ ਵੱਡੀਆਂ ਗਾਜਰਾਂ ਹੁੰਦੀਆਂ ਨੇ, ਫਿਰ ਵੀ ਆਪਾਂ ਨਖਰੇ ਕਰਦੇ ਹੁੰਦੇ ਉਰੇ ਗਾਜਰਾਂ ਦੇਖ, ਕਿੰਨੀਆਂ ਛੋਟੀਆਂ ਛੋਟੀਆਂ। ਕਿਤਨੀ ਕੀ ਹੈ ਦੀਦੀ ਇਹ? ਇਹ ਬਾਹਰ ਇਹ ਸਾਰੀਆਂ ਬੀਬੀਆਂ ਸਬਜ਼ੀ ਵੇਚ ਰਹੀਆਂ ਨੇ, ਮਟਰ ਮੁਟਰ ਜੇ ਦੇਖੋ। ਮਾਰਕੀਟ ਦੇ ਆਲੇ ਦੁਆਲੇ ਵੀ ਦੁਕਾਨਾਂ ਨੇ, ਗਲੀਆਂ 'ਚ ਬਹੁਤ ਵੱਡਾ ਹੈ ਹਨਾ। ਅਤੇ ਮਨੀਪੁਰ 'ਚ ਲੋਕ ਸਿਰਫ ਮੱਛੀ ਖਾਂਦੇ ਆ, ਨਾ ਇਹ ਚਿਕਨ ਖਾਂਦੇ, ਨਾ ਮਟਨ ਖਾਂਦੇ ਜਾਂ ਪੋਰਕ ਖਾਂਦੇ ਆ, ਅਤੇ ਨਾਗਾਲੈਂਡ 'ਚ ਉਲਟ ਹੈ ਹਨਾ ਕੰਮ। ਦੇਖੋ ਉਰੇ ਸਾਰੀਆਂ ਮੱਛੀਆਂ ਸੁੱਕੀਆਂ, ਛੋਟੀ ਕਿੱਡੀ ਕਿੱਡੀ ਕੁ ਮੱਛੀਆਂ ਨੇ ਹਨਾ। ਇਹ ਜਿਹੜੀ ਸੁੱਕੀ ਮੱਛੀ ਹੈ ਪਤਾ ਕਿੱਥੋਂ? ਇਹ ਤੌੜਿਆਂ ਦੇ ਵਿੱਚ ਭਰੀ ਹੋਈ ਹੈ, ਤੌੜਿਆਂ 'ਚੋਂ ਕੱਢਦੇ ਆ। ਇਹ ਸਭ ਚੀਜ਼ਾਂ ਦੇਖ ਕੇ ਨਾ ਇੱਕ ਗੱਲ ਸਿੱਖੀ ਹੈ ਮੈਂ, ਜਿੱਡੀ ਇੰਡੀਆ ਮਾਰਕੀਟ ਹੈ ਕੋਈ ਨਹੀਂ ਦੁਨੀਆ 'ਚ, ਜੋ ਮਰਜ਼ੀ ਤੁਸੀਂ ਚੀਜ਼ ਬਣਾ ਦਿਓ ਉਹਦੀ ਡਿਮਾਂਡ ਹੈਗੀ ਹੈ, ਕਿਉਂਕਿ ਪਾਪੂਲੇਸ਼ਨ ਹੀ ਇੰਨੀ ਹੈ, ਪਾਪੂਲੇਸ਼ਨ ਹੀ ਇੰਨੀ ਹੈ ਕਿ ਬੰਦੇ ਹੀ ਬੰਦੇ ਨੇ ਚਾਰੇ ਪਾਸੇ ਦੇਖੀ। ਹਾਂ, ਤਾਂ ਬੰਦੇ ਦਾ ਦਿਮਾਗ ਥੋੜਾ ਜਿਹਾ ਇਨੋਵੇਟਿਵ ਹੋਣਾ ਚਾਹੀਦਾ। ਉਹਦਾ ਕਹਿਣਾ ਆ ਚਾਕੂ ਨਾ ਯਾਰ, ਮਤਲਬ ਲੱਗਦਾ ਹੀ ਨਹੀਂ ਵੀ ਇਹਨਾਂ 'ਚ ਵਜ਼ਨ ਹੈਗਾ ਹਨਾ, ਜਮਾਂ ਹਲਕੇ ਆ, ਹੱਥ 'ਚ ਫੜਿਆ ਦਾ ਪਤਾ ਹੀ ਲੱਗਦਾ ਕੋਈ ਹੱਥ 'ਚ। ਤਾਂ ਮਾਰਕੀਟ ਘੁੰਮ ਕੇ ਯਾਰ ਅਸੀਂ ਆ ਗਏ ਸੀ, ਅਤੇ ਅੱਜ ਮੇਰੀ ਭੈਣ ਦਾ ਬਰਥਡੇ ਸੀ ਨੂਰ ਦਾ, ਅਤੇ ਮੈਂ ਮਿਸ ਕਰ ਰਿਹਾ ਉਹਨੂੰ ਹਨਾ, ਕਾਸ਼ ਮੈਂ ਹੁੰਦਾ ਘਰੇ। ਕਿਉਂ? ਚੱਲ ਠੀਕ ਹੈ ਨੂਰ, ਹੈਪੀ ਬਰਥਡੇ ਪੁੱਤ ਦੁਬਾਰੇ ਤੈਨੂੰ। ਹਾਂ ਅੱਛਾ, ਫਿਰ ਤੂੰ ਮੈਨੂੰ ਫੋਟੋਆਂ ਤਾਂ ਭੇਜੀਆਂ ਨੇ ਮੈਨੂੰ ਨਵੇਂ ਕੱਪੜਿਆਂ 'ਚ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ, ਬਾਹਰ ਨਾ ਜਾਇਆ ਕਰ, ਠੰਡ ਲੱਗ ਜੂ। ਓਕੇ ਓਕੇ ਓਕੇ, ਕੀ ਅੱਛਾ ਫੂਕਰੀ ਮਰੀ ਗਈ ਤੇਰੇ ਤੋਂ? ਚੱਲ ਠੀਕ ਹੈ ਨੂਰ ਪੁੱਤ, ਗੁੱਡ ਨਾਈਟ, ਤੇ ਮੈਂ ਸਵੇਰੇ ਜਲਦੀ ਨਿਕਲਣਾ, ਠੀਕ ਹੈ? ਨਹੀਂ ਆਪਣਾ ਦੋਨਾਂ ਦਾ ਇਕੱਠੀ ਤੁਸੀਂ ਕੇਕ ਕੱਟ ਲਿਆ ਨਾ, ਬਸ ਦੋਨਾਂ ਦਾ ਆਪਣਾ ਇਕੱਠੀ ਹੋ ਗਿਆ, ਬਸ ਮੇਰਾ ਵੀ ਹੋ ਗਿਆ ਤੇਰੇ ਨਾਲ ਹੀ। ਲੈ ਤੇਰੇ
ਠੀਕ ਹੈ। ਕੱਲ ਨੂੰ ਮੇਰਾ ਬਰਥਡੇ ਹੈ ਪਰ ਕੱਲ ਨੂੰ ਅਸੀਂ ਜਲਦੀ ਨਿਕਲਣਾ ਆਇਜ਼ਲ ਵਾਸਤੇ ਅਤੇ ਤਾਂ ਸਵੇਰੇ ਜਲਦੀ ਉੱਠਣਾ। ਵੈਸੇ ਸਾਡਾ ਇੱਥੋਂ ਪਲਾਨ ਕਾਫੀ ਸੀ, ਅਸੀਂ ਮੋਰੇ ਬਾਰਡਰ ਜਾਣਾ ਸੀ ਜੋ ਕਿ ਇੰਡੀਆ ਅਤੇ ਮਿਆਂਮਾਰ ਦਾ ਬਾਰਡਰ ਹੈ ਜਿੱਥੋਂ ਬਹੁਤ ਜ਼ਿਆਦਾ ਟ੍ਰੇਡ ਹੁੰਦੀ ਹੈ ਅਤੇ ਤੁਸੀਂ ਬਿਨਾਂ ਵੀਜ਼ਾ ਤੋਂ ਬਰਮਾ 'ਚ ਜਾ ਸਕਦੇ ਹੋ 15 ਕਿਲੋਮੀਟਰ ਤੱਕ। ਇੱਕ ਸਿਟੀ ਹੈ ਬਰਮਾ ਦੀ ਤੰਮੂ, ਤਾਂ ਪਰ ਹੁਣ ਕਰੋਨਾ ਕਰਕੇ ਯਾਰ ਉਹ ਬੰਦ ਕੀਤਾ ਹੈ ਨਾ, ਜਾ ਨਹੀਂ ਸਕਦੇ। ਨਹੀਂ ਤੁਹਾਨੂੰ ਉੱਥੇ ਦਿਖਾਉਂਦਾ ਬਾਰਡਰ 'ਤੇ ਹੈ ਨਾ, ਕਿਉਂਕਿ ਜਿਹੜਾ ਵੀ ਬਰਮਾ ਦੇ ਬਾਰਡਰ 'ਤੇ ਟ੍ਰੇਡ ਹੁੰਦਾ ਤਾਂ ਦਿੱਲੀ ਦਾ ਇੱਥੋਂ 2500 ਹੈ, ਉੱਥੋਂ ਲਗਭਗ 2600-2700 ਕਿਲੋਮੀਟਰ ਹੈ, ਤਾਂ ਸਾਰਾ ਸਮਾਨ ਉੱਥੇ ਬਰਮਾ ਤੋਂ ਆਉਂਦਾ। ਤੁਹਾਨੂੰ ਕੋਕ ਦਿਖਾਈ ਸੀ ਹੈ ਨਾ ਲੋਕ ਤੱਕ ਲੇਕ 'ਤੇ, ਉਹ ਵੀ ਬਰਮਾ ਦੀ ਸੀ। ਤਾਂ ਉੱਥੇ ਸਕੂਟਰ ਗੱਡੀਆਂ ਸਾਰੇ ਬਿਨਾਂ ਨੰਬਰ ਪਲੇਟਾਂ ਤੋਂ ਨੇ, ਕਿਉਂਕਿ ਉਹ ਸਾਰੇ ਸਮਗਲ ਹੋ ਕੇ ਚਾਈਨਾ ਤੋਂ ਜਾਂ ਬਰਮਾ ਤੋਂ ਆਉਂਦੇ ਹਨ। ਉੱਥੇ ਐਂ ਘੁੰਮਦੇ ਆ ਲੋਕ ਬਿਨਾਂ ਨੰਬਰ ਪਲੇਟਾਂ ਤੋਂ ਹੈ ਨਾ, ਅਤੇ ਸਾਰਾ ਸਮਾਨ ਉੱਥੇ ਬਰਮਾ ਦਾ ਮਿਲਦਾ। ਪਰ ਹੁਣ ਤੰਮੂ ਅਸੀਂ ਜਾ ਨਹੀਂ ਸਕਦੇ, ਤਾਂ ਕਰਕੇ ਫਿਰ ਅਸੀਂ ਸਮਝਿਆ ਵੀ ਫਿਰ ਉੱਥੇ ਜਾ ਕੇ ਵੀ ਕੀ ਕਰਨਾ ਮੋਹਰੇ, ਤਾਂ ਸਵੇਰੇ ਨਿਕਲਾਂਗੇ ਯਾਰ। ਬਸ ਆਹੀ ਗੱਲਾਂ ਬਾਤਾਂ ਸੀ, ਹੋਪ ਸੋ ਆਇਜ਼ਲ ਪਹੁੰਚ ਜਾਈਏ, ਕਿਉਂਕਿ 14 ਘੰਟੇ ਲੱਗਣਗੇ, 350 ਕਿਲੋਮੀਟਰ ਦਾ ਸਫ਼ਰ ਹੈ, ਪਰ ਰਾਹ ਉਰੇ ਤੁਹਾਨੂੰ ਪਤਾ ਹੀ ਹੈ ਕਿਵੇਂ ਦੇ ਆ। ਤਾਂ ਅੱਜ ਦਾ ਵਲੌਗ ਇੰਨਾ ਸੀ, ਜੇ ਵਧੀਆ ਲੱਗਿਆ ਲਾਈਕ ਕਰਿਓ, ਸ਼ੇਅਰ ਕਰਿਓ, ਜੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰਿਓ।